ਸੱਤ ਜੇਠ 206 ਬਿਕਰਮੀ ਪਿੰਡ ਕਲਸੀਆਂ ਜ਼ਿਲ੍ਹਾ ਅੰਮ੍ਰਿਤਸਰ ਚੇ ਸਿੰਘ ਦੇ ਸਪੁੱਤਰ ਸਵਰ ਸਿੰਘ ਦੇ ਨਿਵਿੱਤ ਬਚਨ ਅਮੋੜੇ ਗੁਰ ਕਾ ਭਾਈ ਵਿੱਚ ਸੰਸਾਰ ਰਹਿਣ ਨਾ ਪਾਈ ਸੰਗਤ ਵਿੱਚ ਗੁਰ ਅੰਮ੍ਰਿਤ ਵਰਖੇ ਮੰਗੇ ਕੈਰ ਦੇ ਤੇ ਵਰਤੇ ਸੰਗਤ ਨੂੰ ਇਹ ਰਾਹ ਬਤਾਇਆ ਸਤਿਕਾਰ ਮੰਨੋ ਗੁਰੂ ਸੁਨਾਇਆ ਵਰਤਾਏ ਕੈਰ ਨਾ ਮੇਟੇ ਕੋਈ ਮਹਾਰਾਜ ਸ਼ੇਰ ਸਿੰਘ ਦੀ ਜੋਤ ਪ੍ਰਗਟ ਹੋਏ ਜੋ ਕੁਛ ਹੁਆ ਹੁਕਮ ਅਨੁਸਾਰ ਰੱਖੇ ਨਾ ਕੋਈ ਗੁਰ ਕੀ ਮਾਰ ਜੇਠ ਸੱਤ ਹੋਇਆ ਖੇਲ ਅਪਾਰਾ ਸਵਰਨ ਸਿੰਘ ਗੁਰ ਪਾਰ ਉਤਾਰਾ ਤਜੀ ਦੇ ਛੁਟਾ ਸੰਸਾਰ ਸੱਚ ਖੰਡ ਵਿੱਚ ਲਿਆ ਉਤਾਰ ਛੱਡ ਧਰੂ ਬੈਠਾ ਦਰ ਆਏ ਨਿਰੰਕਾਰ ਦਾ ਦਰਸ਼ ਨਿਤ ਪਾਈ ਝੂਠੀ ਦੇ ਤਜਾਈ ਆਪ ਆਪ ਬਖਸ਼ੀ ਆਪਣੀ ਦਾਤ ਮਰਿਆ ਸਵਰਨ ਹੋਈ ਆਤਮ ਸ਼ਾਂਤ ਚੇਤ ਸਿੰਘ ਦਾ ਵੱਡ ਪ੍ਰਤਾਪ ਚੇਤ ਸਿੰਘ ਗੁਣ ਗੈਰ ਗੰਭੀਰ ਸੀਟੀ ਨੂੰ ਵੇ ਵੱਜਾ ਤੀਰ ਆਪਣੇ ਮਨ ਨੂੰ ਲੈ ਟਕਾਏ ਮਹਾਰਾਜ ਸ਼ੇਰ ਸਿੰਘ ਇਹ ਖੇਲ ਰਚਾਏ